ਬਾਂਦਰੀ ਬਲੈਤੀ ਚੀਕਾਂ ਮਾਰੇ ਤੇ ਉਹ ਸਾਡੀਆਂ ਬੱਚੀਆਂ ਦੇ ਵੱਲ ਉਸ ਨਾਲ ਇਸ਼ਾਰਾ ਕਰਦਾ ਸੀਗਾ। ਹਾਲੇ ਕਿ ਉਹ ਗੀਤ ਬੜੇ ਸੂਝਵਾਨ ਗੀਤਕਾਰ ਨੇ ਲਿਖਿਆ, ਬਾਬੂ ਸਿੰਘ ਮਾਨ ਜੀ ਹੋਰਾਂ ਨੇ ਲਿਖਿਆ ਸੀਗਾ। ਬਹੁਤ ਸੂਝਵਾਨ ਗੀਤਕਾਰ ਆ, ਲੇਕਿਨ ਉਹ ਮੈਂ ਗਾਣਾ ਪੂਰਾ ਤਾਂ ਮੈਨੂੰ ਨਹੀਂ। ਠੀਕ ਠੀਕ ਹੈ ਤੁਹਾਡੀ ਗੱਲ, ਏਦਾਂ ਦੇ ਹੈਗੇ ਚੀਜ਼ਾਂ ਜਿਹੜੀਆਂ ਜਿਹਨਾਂ ਨੂੰ ਅਵੋਇਡ ਕਰਨ ਦੀ ਲੋੜ ਹੈ ਜੀ। ਜਿਸ ਤਰ੍ਹਾਂ ਪਹਿਲਾਂ ਵੀ ਡੀਗ੍ਰੇਡ ਕਰਦੀਆਂ ਆ। ਠੀਕ ਹੈ ਠੀਕ ਹੈ, ਜਿਸ ਤਰ੍ਹਾਂ ਪਹਿਲਾਂ ਸੁਤੰਤਰ ਜੀ ਨੇ ਵੀ ਬੜੀ ਵੈਲਿਡ ਗੱਲ ਕੀਤੀ ਹੈ, ਬਹੁਤ ਵੈਲਿਡ ਪੁਆਇੰਟ ਕਿ ਉਸ ਕਿਸਮ ਜਿਹੜੀ ਲੈਂਗੁਏਜ ਦੀ ਜ਼ਰੂਰਤ ਨਹੀਂ ਹੈ, ਯੂ ਡੋਨਟ ਨੀਡ ਇਟ। ਹੋਰ ਬਹੁਤ ਕੁਝ ਆ ਸਾਡੇ ਕੋਲ, ਬੰਬਈ ਜਿਹੜੇ ਬੰਬਈ ਦੇ ਵਿੱਚ ਬੈਠੇ ਨਾ ਬੰਦੇ, ਉਹ ਪੰਜਾਬੀਅਤ ਦੇ ਨਾਲ ਇੰਨੇ ਮੁਤਫਿਕ ਨਹੀਂ ਹੈ, ਪੰਜਾਬੀਅਤ ਨੂੰ ਉਹ ਸਮਝਦੇ ਨਹੀਂ। ਔਰ ਜਿਹੜਾ ਦੇਖ ਲਿਆ ਪਿਆ ਇਧਰੋਂ ਕਰ ਲਿਆ, ਫੜ ਲਿਆ ਇਧਰੋਂ ਕੰਨ ਦਾ, ਉਹ ਨੀ ਨੂੰ ਵੇ ਕਹੀ ਜਾਂਦੇ, ਵੇ ਨੂੰ ਨੀ ਕਹੀ ਜਾਂਦੇ, ਦੈਟਸ ਰਾਈਟ। ਯਾ ਸੋ ਪਤਾ ਹੀ ਨਹੀਂ ਵੀ ਕਿ ਸਭ ਜ਼ਿਆਦਾ ਹੋ ਗਿਆ ਆ। ਜੀ ਜੀ ਹਾਂ, ਐਨੀਵੇ ਥੈਂਕ ਸਾਡੇ ਕੈਨੀਆ। ਹਾਂਜੀ ਹਾਂਜੀ, ਪਲਵਿੰਦਰ ਜੀ ਪੋਲਿਟਿਕ ਪਈ ਆ। ਪਲਵਿੰਦਰ ਜੀ ਥੈਂਕ ਯੂ ਵੈਰੀ ਮੱਚ। ਤੇ ਆਪਣੇ ਪਲਵਿੰਦਰ ਜੀ ਮੈਂ ਪੁੱਛਣਾ ਚਾਹੁੰਦਾ ਸੀਗਾ ਵੀ ਤੁਹਾਡਾ ਜਿਹੜਾ ਗਰੁੱਪ ਹੈ ਹੀਰਾ ਗਰੁੱਪ, ਬੜੀ ਦੇਰ ਤੋਂ ਐਸਟੈਬਲਿਸ਼ਡ ਹੈ, ਕਿਹੜੇ ਸਾਲ ਵਿੱਚ ਤੁਸੀਂ ਗਾਣਾ ਸ਼ੁਰੂ ਕੀਤਾ ਸੀ? ਵੀਰ ਜੀ, ਹੀਰਾ ਗਰੁੱਪ ਫੋਰਮ ਕਰਨ ਤੋਂ ਪਹਿਲਾਂ ਮੈਂ ਬਕਾਇਦਾ ਐਜ਼ ਅ ਭੰਗੜਾ ਆਰਟਿਸਟ ਦ ਗ੍ਰੇਟ ਇੰਡੀਅਨ ਡਾਂਸਰ ਟੀਮ ਦੇ ਵਿੱਚ ਭੰਗੜਾ ਪਾਇਆ 3 ਸਾਲ, ਔਰ ਇਸ ਟੀਮ ਨੇ ਸੁਹਾਗ ਫਿਲਮ ਦੇ ਵਿੱਚ ਭੰਗੜਾ ਪਾਇਆ ਸੀ, ਅਮਿਤਾਭ ਬੱਚਨ ਔਰ ਸ਼ਸ਼ੀ ਕਪੂਰ ਜੀ ਦੀ ਫਿਲਮ, ਰੇਖਾ ਪ੍ਰਵੀਨ ਬਾਬੀ ਤੇਰੀ ਰੱਬ ਨੇ ਬਣਾ ਦੀ ਜੋੜੀ ਤੂੰ ਹਾਂ ਕਰ ਜਾਂ ਨਾ ਕਰ। ਸੋ ਉਸ ਗੀਤ ਦੇ ਉੱਤੇ ਭੰਗੜਾ ਪਾਇਆ ਸੀ, ਮੈਂ 3 ਸਾਲ ਭੰਗੜਾ ਪਾਇਆ। ਉਸ ਤੋਂ ਬਾਅਦ ਫਿਰ 1980 ਦੇ ਵਿੱਚ ਹੀਰਾ ਗਰੁੱਪ ਹੋਣ ਦੇ ਵਿੱਚ ਆਇਆ, ਉਸ ਤੋਂ ਲੈ ਕੇ ਫਿਰ ਚੱਲ ਸੋ ਚੱਲ ਸਾਰੇ ਦਰਸ਼ਕਾਂ ਸਰੋਤਿਆਂ ਦੀ ਪਿਆਰ ਸਦਕਾ। ਸੋ ਪਹਿਲੀ ਐਲਬਮ ਜਿਹੜੀ ਚਰਨਜੀਤ ਆਹੂਜਾ ਸਾਹਿਬ ਨਾਲ ਪ੍ਰੋਡਿਊਸ ਕੀਤੀ ਸੀ, ਭਾਬੀ ਤੇ ਨਣਾ ਨੱਚਦੀ, ਐਜ਼ ਐਨ ਐਕਸਪੈਰੀਮੈਂਟਲ ਤੌਰ ਦੇ ਉੱਤੇ, ਕਿ ਉਸ ਵੇਲੇ ਇੰਨੀ ਸਟੂਡੀਓ ਦੀ ਟੈਕਨੀਕਲੀ ਕਿ ਸਮਝ ਵੀ ਨਹੀਂ ਸੀ ਡਿਵੈਲਪਮੈਂਟ ਵੀ ਨਹੀਂ ਹੋਈ, ਕਿਉਂਕਿ ਐਵੇਂ ਆਪਾਂ ਉਹ ਗੱਪਾਂ ਮਾਰੀਆਂ, ਮੈਨੂੰ ਉਹ ਵੀ ਪਤਾ ਸੀ, ਉਹ ਵੀ ਪਤਾ ਸੀ, ਜਿਹੜੀ ਇੱਕ ਚੀਜ਼ ਦੀ ਘਾਟ ਹੁੰਦੀ ਉਹ ਹੁੰਦੀ ਆ ਹੌਲੀ ਹੌਲੀ ਆਉਂਦੀ ਹੈ। ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਮਹਿੰਦਰ ਕੌਰ ਭਮਰਾਜ ਜੀ ਦੀ ਗੱਲ ਕੀਤੀ, ਉਹਨਾਂ ਦੇ ਬੇਟੇ ਕੁਲਜੀਤ ਭਮਰਾਜ ਜੀ ਨੇ ਐਲਬਮ ਪ੍ਰੋਡਿਊਸ ਕੀਤੀ ਸੀ ਜੱਗ ਵਾਲਾ ਮੇਲਾ, ਉਹ ਟਾਈਟਲ ਗੀਤ ਮੇਰਾ ਹੀ ਲਿਖਿਆ ਹੋਇਆ ਸੀਗਾ, ਔਰ ਉਸ ਦੇ 12 ਦੇ 12 ਗੀਤ ਹਿੱਟ ਸੀਗੇ ਔਰ ਪ੍ਰੋਪਰ ਟ੍ਰੈਡੀਸ਼ਨਲ ਸਟਾਈਲ ਸੀ। ਉਸ ਤੋਂ ਬਾਅਦ ਫਿਰ ਕੁਛ ਨਵਾਂ ਕਰਨ ਦੀ ਸੋਚ ਸੀ, ਕੁਝ ਨਵਾਂ ਕਰੀਏ, ਕਿਉਂਕਿ ਇੱਥੋਂ ਦੀ ਜਿਸ ਤਰ੍ਹਾਂ ਕਿ ਆਪਾਂ ਭਾਈ ਸਾਹਿਬ ਨਵੀਂ ਜਨਰੇਸ਼ਨ ਦੀ ਗੱਲ ਕਰਦੇ ਸੀ, ਕਿ ਨਵੀਂ ਜਨਰੇਸ਼ਨ ਜਿਹੜੀ ਹੈ ਕਿ ਉਹ ਇੰਗਲਿਸ਼ ਮਿਊਜ਼ਿਕ ਨੂੰ ਜ਼ਿਆਦਾ ਤਰਜੀਹ ਦੇ ਰਹੇ ਸੀ, ਜ਼ਿਆਦਾ ਸੁਣਨਾ ਪਸੰਦ ਕਰਦੇ ਸੀ, ਕਲੱਬਸ ਦੇ ਵਿੱਚ ਜਾਣਾ ਪਸੰਦ ਕਰਦੇ ਸੀ। ਸੋ ਸੋਚਿਆ ਇਹਨਾਂ ਬੱਚਿਆਂ ਨੂੰ ਕੀ ਦਿੱਤਾ ਜਾਵੇ ਜਿਸ ਦੇ ਨਾਲ ਇਹ ਬੱਚੇ ਜਿਹੜੇ ਆਪਣੇ ਕਲਚਰ ਦੇ ਨਾਲ ਜੁੜ ਜਾਣ। ਸੋ ਫਿਰ ਅਸੀਂ ਐਲਬਮ ਪ੍ਰੋਡਿਊਸ ਕੀਤੀ ਈਸਟ ਐਂਡ ਵੈਸਟ ਦਾ ਸੁਮੇਲ ਕਰਕੇ, ਡਾਇਮੰਡਸ ਫਰੋਮ ਹੀਰਾ, ਉਸ ਦਾ ਟਾਈਟਲ ਇੰਗਲਿਸ਼ ਦਿੱਤਾ ਕਿ ਬੱਚਿਆਂ ਨੂੰ ਪਸੰਦ ਆਵੇ, ਅਤੇ ਨਾਲ ਟਾਈਟਲ ਰੱਖਿਆ ਵਾਅਦਾ ਹੈ ਦਿਲਦਾਰਾਂ ਦਾ। ਸੋ ਉਹ ਮਾਡਰਨ ਟੱਚ ਸੀ, ਪਹਿਲ ਤਾਂ ਜ਼ਿਆਦਾ ਪਸੰਦ ਨਹੀਂ ਕੀਤੀ ਗਈ ਕਿ ਇਹ ਬਹੁਤ ਜ਼ਿਆਦਾ ਮਾਡਰਨ ਹੋ ਗਿਆ ਜਾਂ ਕਿਸ ਤਰ੍ਹਾਂ ਹੋ ਗਿਆ, ਪਰ ਉਸ ਤੋਂ ਕੁਝ ਮਹੀਨੇ ਬਾਅਦ ਹੀ ਉਸ ਐਲਬਮ ਨੂੰ ਐਡਾ ਵਧੀਆ ਹੁੰਗਾਰਾ ਮਿਲਿਆ, ਜਿਹੜੇ ਕਿ ਆਪਣੇ ਪੇਰੈਂਟਸ ਸੀ ਬੱਚਿਆਂ ਦੇ, ਉਹਨਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਕਿ ਸਾਡੇ ਬੱਚੇ ਆਂਟੀ ਅੰਕਲ ਤੋਂ ਬਗੈਰ ਗੱਲ ਹੀ ਨਹੀਂ ਸੀ ਕਰਦੇ, ਅਤੇ ਹੁਣ ਇਹ ਆਪਣਾ ਪੰਜਾਬੀ ਮਿਊਜ਼ਿਕ ਸੁਣ ਲੱਗ ਪਏ। ਸੋ ਬੜੀ ਖੁਸ਼ੀ ਮਹਿਸੂਸ ਹੋਈ। ਦੈਟ ਇਜ਼ ਵੰਡਰਫੁਲ। ਔਰ ਤੁਹਾਡੀ ਕੱਲਿਆਂ ਦੀ ਵੀ ਸੀਡੀਜ਼ ਹੁਣ ਜਾਏ ਪੇਸ਼ ਹੋਈ? ਹਾਂਜੀ, ਮੇਰੀ ਆਈ ਹੈਗੀ ਆ ਜੀ, ਕਿਉਂਕਿ ਪਤੰਗ ਵਾਲੀ ਡੋਰ। ਜੀ ਜੀ, ਮੈਂ ਜਦੋਂ 89 ਤੋਂ ਫਿਲਮ ਲਾਈਨ ਦੇ ਵਿੱਚ ਜੁੜਿਆ, ਪਹਿਲੀ ਫਿਲਮ ਸੀ ਮੇਰੀ ਅਣਖ ਜੱਟਾਂ ਦੀ, ਫਿਰ ਬਦਲਾ ਜੱਟੀ ਦਾ, ਸੁੱਖਾ ਪ੍ਰਤਿਗਿਆ, ਸ਼ਹੀਦ ਊਧਮ ਸਿੰਘ ਕੰਮ ਕੀਤਾ, ਫਿਰ ਮੈਂ ਇੰਡੀਆ ਦੇ ਵਿੱਚ ਵੀ ਪਲੇਟਫਾਰਮ ਸੈੱਟ ਕੀਤਾ ਬਲਵਿੰਦਰ ਧਾਮੀ ਹੀਰਾ ਗਰੁੱਪ, ਅਤੇ ਉੱਥੇ ਮੈਂ 5 ਐਲਬਮਸ ਕੀਤੀਆਂ, ਜਿਸ ਤਰ੍ਹਾਂ ਕਿ ਤੂੰ ਸੋਹਣੀ ਲੱਗਦੀ, ਕਿਆ ਬਾਤ ਹੈ, ਪਤੰਗ ਵਾਲੀ ਡੋਰ, ਅਤੇ ਦਸਤਾਰ ਖਾਲਸੇ ਦੀ ਧਾਰਮਿਕ ਐਲਬਮ ਕੀਤੀ, ਫਿਰ ਬਾਬਾ ਬਾਲਕ ਨਾਥ ਜੀ ਦੀਆਂ ਭੇਟਾਂ ਸਰੋਤੇ ਫਰਮਾਇਸ਼ ਦੇ ਉੱਤੇ। ਸੋ 5 ਐਲਬਮਸ ਮੈਂ ਸੋਲੋ ਵੀ ਕੀਤੀਆਂ। ਸੋ ਹੀਰਾ ਗਰੁੱਪ ਦੇ ਹੁਣ ਤੱਕ ਮਤਲਬ ਓਵਰ 25 ਐਲਬਮ ਆ ਚੁੱਕੇ। ਦੈਟ ਇਜ਼ ਵੰਡਰਫੁਲ। ਲੈਟਸ ਟਾਕ ਟੂ ਸਮ ਬੋਲਰਸ। ਜੀ ਜੀ ਜੀ, ਹਰਮੇਲ ਸਿੰਘ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਠੀਕ ਹੋ? ਕੀ ਹਾਲ ਚਾਲ ਜੀ? ਠੀਕ ਹੈ ਬਿਲਕੁਲ ਜੀ। ਆ ਬੜਾ ਜੀ ਆਈਟਮ ਬਹੁਤ ਸੋਹਣੀ ਤੁਸੀਂ ਰੱਖੀ ਹੈ ਤੇ ਡਿਸਕਸ ਜਿਹੜੀ ਕਰ ਰਹੇ ਆ। ਅੱਛਾ ਜੀ, ਤੇ ਥੋੜਾ ਜਿਹਾ ਕਿਸੇ ਨੇ ਉਹਨੂੰ ਲਾਈਕ ਕੀਤਾ, ਕਿਸੇ ਨੇ ਆਪਣੇ ਖਿਆਲ ਦਿੱਤੇ ਆ। ਹਾਂ, ਤਾਂ ਆਪਣੇ ਖਿਆਲ ਵਿਚਾਰ ਹੈ ਜੀ। ਅੱਛਾ, ਮੇਰੇ ਖਿਆਲ ਵਿੱਚ ਤਾਂ ਜੀ ਇਹ ਦੇਖੋ, ਜਿੱਦਾਂ ਨਵੀਂ ਜਨਰੇਸ਼ਨ ਜਿਹੜੀ ਆ ਰਹੀ ਆ ਨਾ, ਉਹਨਾਂ ਨੂੰ ਤੁਸੀਂ ਉਹ ਨਾ ਤਾਂ ਆਪ ਕਵਿਤਾ ਲਿਖ ਸਕਦੇ ਆ, ਨਾ ਉਹ ਗਾ ਜ਼ਰੂਰ ਸਕਦੇ ਆ ਜੀ, ਪਰ ਉਹਨਾਂ ਨੂੰ ਤੁਸੀਂ ਜਿਹੜੇ ਨਵੇਂ ਪੁਰਾਣੇ ਆ ਵਰਲਡ ਤਾਂ ਉਹ ਚੰਗੇ ਦੇਣ ਤਾਂ ਪੁਰਾਣੇ ਗਾਉਣ ਵਾਲੇ ਤੁਸੀਂ ਮਲਕੀਤ ਦਾ ਹੀ ਲਾ ਲਓ, ਇੱਕ ਤੁਹਾਨੂੰ ਮਿਸਾਲ ਦੇ ਦਿੰਦਾ, ਉਹਨੇ ਗਾਣਾ ਗਾਇਆ ਫਸ ਗਈ ਕੁੜੀ ਪਟੋਲੇ ਵਰਗੀ, ਹੁਣ ਜਦੋਂ ਇੱਥੇ ਘਰ ਚ ਸਾਡੇ ਬੈਠੇ ਸੀ ਤਾਂ ਉਹ ਬੁੜੀਆਂ ਉਸੇ ਵੇਲੇ ਕਹਿਣ ਲੱਗ ਪਈਆਂ ਕੋਈ ਬੰਦਾ ਦੁਆ ਕਰੋ। ਅੱਛਾ, ਇਹਨਾਂ ਦੀਆਂ ਵੀਡੀਓ ਬਣੀਆਂ ਤੁਹਾਡੇ ਲਾਗੇ, ਜਿਹੜੇ ਧਾਮੀ ਸਾਹਿਬ ਬੈਠੇ ਆ, ਕੋਈ ਇਹਨਾਂ ਦੀ ਵੀਡੀਓ ਦੇਖਣ ਵਾਲੀ ਨਹੀਂ। ਅੱਜ ਤੋਂ 30 ਸਾਲ ਪਹਿਲਾਂ ਤੁਸੀਂ ਵੀ ਪੁਰਾਣੇ ਬੰਦੇ ਆ,
30 ਸਾਲ ਪਹਿਲਾਂ ਜਦੋਂ ਹਿੰਦੁਸਤਾਨ ਦਾ ਕਿਸੇ ਨਾਲ ਲੜਾਈ ਲੱਗਦੀ ਸੀ ਤਾਂ ਨਰਿੰਦਰ ਬੀਬਾ ਸਟੇਜਾਂ ਤੇ ਜਲੰਧਰ ਤੇ ਗਾਉਂਦੀ ਹੁੰਦੀ ਸੀਗੀ, ਆਓ ਸਿੰਘੋ ਸੂਰਮਿਓ ਉੱਠੋ ਸਰਦਾਰੋ। ਤੇ ਅੱਜ ਜੇ ਲੜਾਈ ਲੱਗ ਜਾਵੇ ਤਾਂ ਇਹਨਾਂ ਦੇ ਜਿਹੜੇ ਆਹ ਫਸ ਗਈ ਇਹ ਲੱਗਣਗੇ ਉੱਥੇ। ਖੂਬੀ ਇਹੀ ਆ ਕਿ ਫ੍ਰੀਡਮ ਆਫ ਸਪੀਚ ਆ, ਤੁਸੀਂ ਆਪਣੀ ਗੱਲ ਕਹਿਤੀ, ਹੁਣ ਇਹਨਾਂ ਦੀ ਸੁਣ ਲਈ ਹੈ। ਵੀਰ ਜੀ ਦੇਖੋ, ਮੈਂ ਦੂਸਰਿਆਂ ਦੀ ਗਵਾਹੀ ਤਾਂ ਮੈਂ ਜ਼ਿਆਦਾ ਨਹੀਂ ਦੇ ਸਕਦਾ, ਮੈਂ ਸਿਰਫ ਆਪਣੀ ਗੱਲ ਕਰ ਸਕਦਾ ਜਿਹੜੀ ਤੁਸੀਂ ਸਾਡੇ ਗੀਤਾਂ ਦੀ ਗੱਲ ਕੀਤੀ ਹੈ। ਪਹਿਲੀ ਗੱਲ ਤਾਂ ਹੈਗੀ ਆ ਕਿ ਇੰਗਲੈਂਡ ਦੇ ਵਿੱਚ ਪਹਿਲਾਂ ਗੀਤ ਜ਼ਿਆਦਾ ਪਿਕਚਰਾਈਜ਼ ਹੁੰਦੇ ਹੀ ਨਹੀਂ ਸੀ, ਜੇਕਰ ਪਿਕਚਰਾਈਜੇਸ਼ਨ ਖਰਾਬ ਹੋਈ ਹੈ ਤਾਂ ਇੰਡੀਆ ਤੋਂ ਖਰਾਬ ਹੋਈ ਆ। ਮੈਂ ਇਹ ਨਹੀਂ, ਮੈਂ ਹੁਣ ਸਕਰੀਨ 'ਤੇ ਇੱਥੇ ਕਹਿ ਰਿਹਾ, ਮੈਂ ਇੰਡੀਆ ਸ਼ਰੇਆਮ ਕਿਹਾ ਕਿ ਜੇਕਰ ਪਿਕਚਰਾਈਜੇਸ਼ਨ ਖਰਾਬ ਕੀਤੀ ਹੈ ਇੰਡੀਆ ਤੋਂ ਖਰਾਬ ਹੋਈ ਆ। ਜੇਕਰ ਪੰਜਾਬੀ ਸਾਂਭ ਕੇ ਰੱਖੀ ਹੈ, ਓਵਰਸੀਜ਼ ਦੇ ਆਰਟਿਸਟਾਂ ਦੇ ਸਾਂਭ ਕੇ ਰੱਖੀ ਹੈ, ਮੇਰੇ ਜਿੰਨੇ ਵੀ ਗੀਤ ਪਿਕਚਰਾਈਜ਼ ਹੋਏ, ਤੁਸੀਂ ਕਿਆ ਬਾਤ ਹੈ ਦੇਖ ਲਓ, ਜਾਂ ਪਤੰਗ ਵਾਲੀ ਦੇਖ ਲਓ, ਸ਼ਹੀਦ ਊਧਮ ਸਿੰਘ ਦੀਆਂ ਬੋਲੀਆਂ ਦੇਖ ਲਓ, ਜਿੰਨੇ ਵੀਡੀਓ ਬਹੁਤ ਘੱਟ ਬਣੀਆਂ, ਔਰ ਐਸੀਆਂ ਵੀਡੀਓਜ਼ ਬਣੀਆਂ ਜੋ ਕਿ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕਦੇ ਹਾਂ। ਉਹ ਇਹ ਮੈਨੂੰ ਨਹੀਂ ਪਤਾ ਕਿ ਤੁਸੀਂ ਕਿਹੜੀਆਂ ਵੀਡੀਓ ਦੇਖਦੇ ਰਹੇ ਹੋ ਸਾਡੀਆਂ, ਜਿਹੜੀਆਂ ਪਰਿਵਾਰ 'ਚ ਨਹੀਂ ਦੇਖਣ ਵਾਲੀਆਂ। ਨਹੀਂ, ਪਰ ਮੈਂ ਉਹੀ ਗੱਲ ਕਰਦਾ, ਜੇ ਹੁਣ ਤੁਸੀਂ ਤੁਹਾਡਾ ਲੜਕਾ ਗਾਉਂਦਾ ਹੋਣਗਾ, ਹਾਂਜੀ, ਜੇ ਤੁਸੀਂ ਉਹਨਾਂ ਨੂੰ, ਤੁਹਾਨੂੰ ਪਤਾ ਵੀ ਆ ਲਫ਼ਜ਼ ਜਿਹੜਾ ਵਰਲਡ ਜਿਹੜਾ ਘਰ ਵਿੱਚ ਨਹੀਂ ਸੁਣਨ ਵਾਲਾ, ਹਾਂਜੀ, ਤੁਸੀਂ ਇੱਕ ਪੈਸੇ ਦੀ ਖਾਤਰ ਉਹਨੂੰ ਸਿਰਫ ਕਹੋ ਵੀ ਮੈਂ ਪਾਪੂਲਰ ਹੋ ਜਾਵੇ ਬੰਦਾ। ਨਹੀਂ ਵੀਰ ਜੀ, ਉਹ ਗੱਲ ਸੁਣੋ, ਤੁਹਾਡੀ ਸੋਚ ਆ, ਤੁਸੀਂ ਉਸ ਬੰਦੇ ਨੂੰ, ਮੁੰਡੇ ਨੂੰ ਕਿਸ ਲਾਈਨ 'ਤੇ ਲਿਜਾਉਣਾ ਚਾਹੁੰਦੇ ਆ। ਵੀਰ ਜੀ ਤੁਸੀਂ ਲਫ਼ਜ਼ ਮਾੜੇ ਦਿਓਗੇ ਤਾਂ ਉਹ ਥੋੜ੍ਹੇ ਚਿਰ ਹਟ ਕੇ ਬਾਕੀ ਉਹ ਖੰਡਮ ਹੋ ਜੂ। ਨਹੀਂ ਬਿਲਕੁਲ, ਜੇ ਤੁਸੀਂ ਬੇਟੇ ਦੀ ਵੀ ਗੱਲ ਕਰਦੇ ਹੋ, ਤੁਸੀਂ ਉਹਦੀ ਐਲਬਮ ਸੁਣੋ ਔਰ ਉਹਦੀ ਤਿੰਨੇ ਵੀਡੀਓਜ਼ ਦੇਖੋ, ਤੇ ਉਹ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀਆਂ ਵੀਡੀਓ ਆ, ਕੋਈ ਉਸ ਦੇ ਵਿੱਚ ਨੰਗੇਜ਼ ਪਾਉਣਾ ਨਹੀਂ, ਵੀਡੀਓ ਦੇਖਣ ਵਾਲੀਆਂ ਨਹੀਂ ਹੁੰਦੀਆਂ ਜਿਹਨਾਂ ਕਿ ਲਫ਼ਜ਼ ਮਾੜੇ ਹੋਣ ਔਰ ਨੰਗੇਜ਼ ਪਾਉਣਾ ਹੋਵੇ, ਉਹ ਸਾਫ਼ ਸੁਥਰੀਆਂ ਵੀਡੀਓ ਨੇ ਔਰ ਉਸ ਨਾਲ ਵੀਡੀਓ ਨੂੰ ਪਿਆਰ ਕੀਤਾ, ਉਸੇ ਸਦਕਾ ਹੀ ਸਾਰੇ ਲੋਕ ਉਸ ਨੂੰ ਪਿਆਰ ਕਰ ਰਹੇ ਆ। ਸੋ ਇਸ ਨੂੰ ਅਸੀਂ ਮੱਦੇਨਜ਼ਰ ਰੱਖਦੇ ਹਾਂ ਕਿ ਹਾਂ ਸਾਨੂੰ, ਕਿਉਂਕਿ ਇਹ ਸਾਡਾ ਫਰਜ਼ ਬਣਦਾ ਪੰਜਾਬੀ ਹੋਣ ਦੇ ਨਾਤੇ ਕਿ ਅਸੀਂ ਕੀ ਪਰੋਸ ਕੇ ਦੇਣਾ ਆਪਣੇ ਸਰੋਤਿਆਂ ਨੂੰ ਕਿ ਉਹ ਜੋ ਅਪਰੀਸ਼ੀਏਟ ਹੋ ਸਕੇ। ਸੋ ਅਸੀਂ ਉਹੀ ਕੋਸ਼ਿਸ਼ ਕਰਦੇ, ਜਿਹੜੇ ਕਿ ਹੁਣ ਮੇਰੇ ਇਰਦ ਗਿਰਦ ਕੋਈ 10 ਬੰਦੇ ਹੋਰ ਕੋਈ ਗਲਤ ਕੰਮ ਕਰੀ ਜਾਣ, ਸੋ ਉਹਦੇ ਵਿੱਚ ਮੈਨੂੰ ਨਾ ਪ੍ਰੇਸ਼ਨ ਲਾਈ ਜਾਓ ਤੁਸੀਂ। ਨਹੀਂ ਨਹੀਂ, ਮੇਰਾ ਕਹਿਣਾ ਮੈਂ ਮਤਲਬ ਦੇਖੋ, ਤੁਸੀਂ ਪੁਰਾਣੇ ਪੁਰਾਣਿਆਂ ਬੰਦਿਆਂ ਨਾਲ ਕੰਪੇਅਰ ਕਰਕੇ ਦੇਖ ਲਓ, ਕੁਲਦੀਪ ਮਾਨਕ ਲੈ ਲਓ, ਜਿੱਦਾਂ ਲੋਕ ਸੁਣ ਜਾਂਦੇ ਸੀ, ਅੱਜ ਕੱਲ ਦਾ ਜਿਹੜਾ ਸਟੇਜ ਮਗਰੋਂ ਲੱਗਦੀ ਆ, ਉਹ ਮੁੱਲ ਸ਼ਰਾਬ ਤਾਂ ਕੁੜੀ ਦਾ ਪਹਿਲਾਂ ਹੀ ਨਾਂ ਆਉਂਦਾ, ਸ਼ਰਾਬ ਦਾ ਤਾਂ ਕੁੜੀ ਦਾ, ਇਹਨਾਂ ਤੋਂ ਬਿਨਾਂ ਸ਼ਰਾਬ ਤਾਂ ਕੁੜੀ ਤੋਂ ਬਿਨਾਂ ਇਹਦਾ ਤੁਹਾਨੂੰ ਕੋਈ ਗਾਣਾ ਹੋਰ ਆਉਂਦਾ ਹੀ ਨਹੀਂ। ਹਾਂਜੀ ਹਰਮੇਲ ਜੀ, ਤੁਸੀਂ ਗੱਲ ਕਰਦੇ ਹੋ ਕਿ ਚਲੋ ਪੁਰਾਣੇ ਗਾਇਕਾਂ ਨੇ ਬਹੁਤ ਵਧੀਆ ਗਾਇਕੀ ਗਾਈ ਜਾਂ ਲਿਰਿਕਸ ਬਹੁਤ ਵਧੀਆ ਦਿੱਤੇ ਆ, ਹਾਲੇ ਉਸ ਵੇਲੇ ਗੀਤ ਦੇਖਣ ਵਾਲੇ ਨਹੀਂ ਸੀ, ਲੇਕਿਨ ਤੁਸੀਂ ਲਿਰਿਕਸ ਪੁਰਾਣੇ ਗੀਤਾਂ ਸੁਣ ਕੇ ਦੇਖੋ, ਤੁਸੀਂ ਵੈਸੇ ਹੀ ਸੁਣ ਕੇ ਸ਼ਰਮਨਾਕ ਹੋ ਜਾਂਦੇ ਹੋ, ਹਾਲੇ ਕਿ ਆਪਣੇ ਓਵਰਸੀਜ਼ ਨੇ ਤਾਂ ਬਹੁਤ ਪੰਜਾਬੀ ਸੰਭਾਲ ਲਈ ਹੈ ਜੀ। ਓਕੇ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇੱਕ ਬ੍ਰੇਕ ਤੇ ਜਾਵਾਂਗੇ, ਹੁਣ ਕਾਫੀ ਵੀ ਮਾਮਲਾ ਗਰਮ ਹੋ ਗਿਆ, ਪਰ ਮੇਰੇ ਕੋਲ ਸਾਡੇ ਕੋਲ 15 ਰਹਿ ਗਿਆ। ਐਨੀਵੇ ਥੈਂਕ ਯੂ ਵੈਰੀ ਮੱਚ, ਔਰ ਦੋਸਤੋ ਬ੍ਰੇਕ ਤੋਂ ਬਾਅਦ ਤੁਹਾਨੂੰ ਫੇਰ ਮਿਲਦੇ ਹਾਂ। Show you how small things can be mightier than really big things. Persil's small and mighty is like this too, because you get a mighty load of washing from one small bottle. Now available in a great value 42 wash pack. You found it. It's your mouth, and it has a lot to look forward to. Like words. The Tooth Fairy. Finding that signature smile. That first kiss. Maybe it'll teach others. Your mouth holds amazing possibilities. That's why we developed the Aquafresh science of 3-in-1 protection. The healthy gums, strong teeth, and fresh breath. Because a healthy, protected mouth can one day be an amazing one. Aquafresh. Amazing. When you have a cold sore, fight it with Zavirax Cold Sore Cream. Use it at tingle stage and keep using it right through the blister to fight the virus. Zavirax also soothes and moisturizes, then keep using it through the scab stage. Use Zavirax so you're ready to face the world again. Zavirax Antiviral Cold Sore Treatment. Nothing works faster. Every week, there are hundreds of new offers at Summerfield. Half price on Kamala Zenith Wines is just one of them.
For fresh offers every week, pop into Summerfield. When something soft and beautiful loses only a little moisture, it becomes visibly rough. Dove keeps in 17% more of your underarm skin's vital moisture than ordinary deodorants for visibly softer and smoother skin and, of course, 24-hour protection. Can your deodorant do that? Dove deodorant. Leave skin smoother. Bleeding gums are one of the first signs of gum disease, a leading cause of tooth loss. Corsodil Mint Mouthwash is clinically proven to treat gum disease. Corsodil Daily Defense is the first and only daily fluoride mouthwash to contain chlorhexidine. Use it every day to help maintain healthy gums. Uncover a world of gentle fragrance with beautiful scents like olive blossom and cotton extract. Get back to nature with a new Comfort Naturals range. Gary Rhodes is on a mission to find out which tastes better, Flora Buttery or a leading spreadable from a butter brand. Which one is your favourite? That one. Why is that? Seems a bit more creamy. Shower reveal? His findings confirmed ours. More people prefer the taste of Flora Buttery. And since it's made with seed oils, it has less saturated fat, so it's better for your heart. ਦੋਸਤੋ ਵੈਲਕਮ ਬੈਕ ਔਰ ਦੋ ਘੰਟੇ ਦਾ ਇਹ ਪ੍ਰੋਗਰਾਮ ਸੀ ਦੋ ਘੰਟੇ ਪਤਾ ਨਹੀਂ ਕਿਵੇਂ ਨਿਕਲ ਗਏ ਔਰ ਲਾਸਟ ਜਿਹੜਾ ਸਾਡਾ ਕੁਆਟਰ ਹੈਗਾ ਉਹਦੇ ਵਿੱਚ ਆਪਾਂ ਪਹੁੰਚ ਗਏ ਹਾਂ ਕਮਲਜੀਤ ਜੀ ਸਤਿ ਸ਼੍ਰੀ ਅਕਾਲ ਕਮਲਜੀਤ ਨੋ ਕਮਲਜੀਤ ਇਜ਼ ਨੋਟ ਦੇਅਰ ਔਰ ਅਵਿੰਦਰ ਸਿੰਘ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਬੋਲਦੇ ਪਏ ਹੋ ਜਰਮਨੀ ਤੋਂ ਜੀ ਹਾਂਜੀ ਅਵਿੰਦਰ ਜੀ ਵੈਲਕਮ ਟੂ ਦਾ ਪ੍ਰੋਗਰਾਮ ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰਦਾ ਕਿਉਂਕਿ ਸਾਡੇ ਕੋਲ ਬਹੁਤ ਕਾਲਸ ਹੈ ਜਿਸ ਤਰ੍ਹਾਂ ਸਬਜ਼ੀ ਲੈਣ ਜਾਓ ਤੇ ਬੜੀ ਉੱਥੇ ਪਈ ਹੁੰਦੀ ਹੈ ਕੋਈ ਗਾਜਰ ਆਲੂ ਤੇ ਕਿਹੜੀਆਂ ਕਿਹੜੀਆਂ ਸਬਜ਼ੀਆਂ ਨੇ ਇਸੇ ਤਰ੍ਹਾਂ ਮਿਊਜ਼ਿਕ ਦੇ ਵਿੱਚ ਵੀ ਕੋਈ ਲਾਈਟ ਮਿਊਜ਼ਿਕ ਹੁੰਦਾ ਕੋਈ ਸੀਰੀਅਸ ਹੁੰਦਾ ਕੋਈ ਲਾਰਾ ਲੱਪੇ ਦਾ ਮਿਊਜ਼ਿਕ ਹੁੰਦਾ ਬਾਕੀ ਜਿੰਨਾ ਇਹਨਾਂ ਨੇ ਚੰਗਾ ਮਿਊਜ਼ਿਕ ਮੇਰੇ ਹਿਸਾਬ ਦੇ ਨਾਲ ਪੰਜਾਬੀ ਦਾ ਨਾਂ ਉੱਚਾ ਕੀਤਾ ਬੇਸਿਕਲੀ ਸਾਨੂੰ ਥੋੜਾ ਜਿਹਾ ਪੋਜ਼ਿਟਿਵ ਢੰਗ ਨਾਲ ਇਹ ਸੋਚਣਾ ਚਾਹੀਦਾ ਕਿ ਮੈਂ 35-36 ਸਾਲ ਤੋਂ ਰਹਿੰਦਾ ਜਰਮਨੀ ਕੋਈ ਬੰਦਾ ਕਦੀ ਪੰਜਾਬੀ ਸਾਡਾ ਜਦੋਂ ਮਿਊਜ਼ਿਕ ਲਾਈਦਾ ਸੀ ਨਾ ਸਾਡੇ ਘਰ ਜਰਮਨ ਆਉਂਦੇ ਸਨ ਉਹ ਕਹਿੰਦਾ ਬੰਦ ਕਰ ਦੇ ਮਿਊਜ਼ਿਕ ਟੁੰਗ ਟੁੰਗ ਲੱਗਾ ਸੀ ਜਿਨ੍ਹਾਂ ਦੇ ਹੀਰੇ ਹੋਰਾਂ ਦੇ ਮਿਊਜ਼ਿਕ ਆਏ ਨੇ ਉਹ ਬੰਦੇ ਸਾਨੂੰ ਕਹਿੰਦੇ ਨੇ ਸਾਨੂੰ ਕੈਸਟਾਂ ਲਿਆ ਕੇ ਦਿਓ ਇਹੋ ਮਿਊਜ਼ਿਕ ਲਾਓ ਤੁਸੀਂ ਜਾਓ ਰੈਸਟੋਰੈਂਟ ਆ ਡਿਸਕੋਆਂ ਦੇ ਵਿੱਚ ਇਹਨਾਂ ਦਾ ਮਿਊਜ਼ਿਕ ਚੱਲਦਾ ਪਹਿਲਾਂ ਸਾਨੂੰ ਇਹ ਨਹੀਂ ਸੀ ਪਤਾ ਵੀ ਅਸੀਂ ਕਿਸ ਚੀਜ਼ ਤੇ ਮਾਣ ਕਰੀਏ ਸਾਡੀਆਂ ਫਿਲਮਾਂ ਛਾ ਗਈਆਂ ਜਰਮਨੀ ਦੇ ਵਿੱਚ ਇਹ ਜਿਹੜੇ ਤੁਹਾਡੇ ਸਾਲ ਨਾਲ ਬੈਠੇ ਨੇ ਸਿੰਘ ਸਾਹਿਬ ਇਹਨਾਂ ਦੀ ਬਦੌਲਤ ਇਹਨਾਂ ਲੋਕਾਂ ਨੇ ਬੇਸਿਕਲੀ ਹਿੰਦੁਸਤਾਨ ਦੇ ਸ਼ਾਹਰੁਖ ਖਾਨ ਨੂੰ ਵੀ ਇੰਪੋਰਟੈਂਟ ਕਰ ਦਿੱਤਾ ਦੈਟ ਇਜ਼ ਵੈਰੀ ਪੋਜ਼ਿਟਿਵ ਅਸਲੀਅਤ ਮੇਰੀ ਗੱਲ ਸੁਣੋ ਆ ਜਿਹੜੇ ਬੰਦੇ ਬੜੀ ਕੰਜ਼ਰਵੇਟਿਵ ਗੱਲ ਕਰਦੇ ਨੇ ਵੀਰ ਜੀ ਆਪਣਾ ਹੀਰਾ ਸਾਹਿਬ ਜੀ ਜੀ ਬਿਲਕੁਲ ਠੀਕ ਕਰ ਰਹੇ ਹੋ ਤੁਹਾਡਾ ਬੱਚਾ ਵੀ ਠੀਕ ਕਰ ਰਿਹਾ ਤੁਹਾਡਾ ਪ੍ਰੋਗਰਾਮ ਵੀ ਠੀਕ ਹੈ ਬਾਕੀ ਜਿਹੜੇ ਉਹ ਬੰਦੇ ਬੋਲਦੇ ਨੇ ਨਾ ਉਹ ਤੇ ਵੀ ਕੁਛ ਤੋਂ ਲੋਕ ਕਹੇਗੇ ਕੰਮ ਹੈ ਕਹਿਣਾ ਇੱਕ ਸ਼ਾਰਟ ਵਿੱਚ ਗੱਲ ਕਰਨ ਲੱਗਾ ਇੱਕ ਬੰਦੇ ਨੇ ਬਣਾਈ ਪੇਂਟਿੰਗ ਪੇਂਟਿੰਗ ਬਣਾ ਕੇ ਉਹ ਕਹਿੰਦਾ ਇੱਥੇ ਲਾ ਦੇ ਟੰਗ ਦੇ ਮਿੱਤਰਾ ਤੇ ਉਹਦੀ ਮਾਂ ਕਹਿੰਦੀ ਬੜੀ ਸੋਹਣੀ ਤੇਰੀ ਪੇਂਟਿੰਗ ਹੈ ਉਹਨੇ ਥੱਲੇ ਲਿਖ ਦਿੱਤਾ ਵੀ ਇੱਥੇ ਕੋਈ ਕਸੂਰ ਹੈ ਨਾ ਜਿੱਥੇ ਗਲਤੀ ਹੈ ਉਹ ਤੇ ਕਾਂਟੇ ਮਾਰ ਦਿਓ ਕਾਂਟੇ ਕੀ ਉਹ ਦੂਜੇ ਦਿਨ ਗਏ ਤੇ ਉਹ ਸਾਰੀ ਪੇਂਟਿੰਗ ਕਾਂਟਿਆਂ ਨਾਲ ਹੀ ਭਰੀ ਸੀ ਵਿਚਾਰਾ ਪਰਦੇਸੀ ਉਹ ਬੜਾ ਬੜਾ ਵਿਚਾਰਾ ਉਹ ਤੇ ਸੁਸਾਈਡ ਕਰਨ ਲੱਗਾ ਉਹਦੀ ਮਾਂ ਕਹਿੰਦੀ ਘਬਰਾਣਾ ਇੱਕ ਹੋਰ ਪੇਂਟਿੰਗ ਬਣਾ ਪੇਂਟਿੰਗ ਬਣਾਈ ਤੇ ਥੱਲੇ ਲਿਖ ਦਿੱਤਾ ਜਿਹਨੂੰ ਕੋਈ ਕਮਜ਼ੋਰੀ ਨਜ਼ਰ ਆਉਂਦੀ ਹੈ ਨਾ ਇਹਨੂੰ ਕਰੈਕਟ ਕਰੋ ਕਿਸੇ ਨੇ ਹੱਥ ਵੀ ਨਹੀਂ ਲਾਇਆ ਵੈਰੀ ਗੁੱਡ ਪੁਆਇੰਟ ਵੈਰੀ ਗੁੱਡ ਬੜੀਆਂ ਸੋਹਣੀਆਂ ਨੇ ਮਿੱਤਰੋ ਤੁਸੀਂ ਇੰਨਾ ਵਧੀਆ ਪ੍ਰੋਗਰਾਮ ਕਰਤਾ ਕਿ ਪੰਜਾਬੀਆਂ ਦਾ ਮੈਂ ਕਹਿੰਦਾ ਜਦੋਂ ਅਸੀਂ ਕਿਤੇ ਜਾਈਦਾ ਡਿਸਕੋ ਡੁਸਕੋ ਦੇ ਵਿੱਚ ਅਸੀਂ ਭਾਵੇਂ ਬਜ਼ੁਰਗ ਹਾਂ ਜਦੋਂ ਲੱਗਾ ਹੁੰਦਾ ਕੋਈ ਪੰਜਾਬੀ ਗਾਣਾ ਜਰਮਨੀ ਦੇ ਵਿੱਚ ਬਾਬਾ ਉਸ ਟਾਈਮ ਸਾਡੀ ਮੈਂ 15 ਸਾਲ ਜਵਾਨ ਹੋ ਜਾਂਦਾ ਦੈਟ ਇਜ਼ ਵੰਡਰਫੁਲ ਕਮਾਲ ਕਰਤਾ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਨਾ ਉਹਨੂੰ ਕੋ ਹਲ ਪੁਰਾਣੇ ਗਾਣੇ ਸੁਣ ਕੇ ਵੇਖ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇੰਨੀਆਂ ਇੰਨੀਆਂ ਵਲਗਰ ਟਿਊਨਸ ਨੇ ਪੁਰਾਣੀਆਂ ਜਿਹਦੇ ਵਿੱਚ ਪਤਾ ਨੀ ਬੱਕਰੀ ਦਾ ਤੇ ਪਤਾ ਨੀ ਕੀ ਹੈ ਗੰਦੇ ਗੰਦੇ ਗਾਣੇ ਨੇ ਪੁਰਾਣੇ ਤੁਸੀਂ ਤਾਂ ਬਹੁਤ ਸੋਹਣੇ ਗਾਣੇ ਕਰਦੇ ਹੋ ਜੇ ਬਾਈ ਦੀ ਕਿਸੇ ਨੇ ਭੂਤਨੀ ਦਾ ਕਹਿ ਵੀ ਦਿੱਤਾ ਏਡੀ ਕਿਹੜੀ ਤੋਪ ਚੱਲ ਗਈ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ ਥੈਂਕ ਯੂ
ਕਨਜ਼ਰਵੇਟਿਵ ਨਾ ਹੋ, ਜੇ ਤੁਸੀਂ ਯੂਰਪ ਵਿੱਚ ਆਏ ਹੋ ਤੁਸੀਂ ਜਾ ਕੇ ਇੰਗਲਿਸ਼ ਗਾਣੇ ਸੁਣ ਕੇ ਦੇਖੋ ਕਿੰਨੇ ਕਿੰਨੇ ਉਹ ਜਿਹੜਾ ਐਫ ਤੋਂ ਲਫ਼ਜ਼ ਯੂਜ਼ ਹੁੰਦੇ ਨੇ ਕਿੰਨੇ ਕਿੰਨੇ ਗੰਦੇ ਗਾਣੇ ਨੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ ਅਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਸੋਰੀ ਤੁਹਾਡੇ ਨਾਲ ਬਹੁਤ ਜ਼ਿਆਦਾ ਗੱਲ ਨਹੀਂ ਸੀ ਹੋ ਸਕੀ ਕਿਉਂਕਿ ਟਾਈਮ ਬੜਾ ਘੱਟ ਹੈ ਔਰ ਕਾਲਸ ਬਹੁਤ ਆ ਰਹੀਆਂ। ਸਰਬਣ ਸਿੰਘ ਜੀ ਸਤਿ ਸ੍ਰੀ ਅਕਾਲ। ਸਰਬਣ ਸਿੰਘ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਠੀਕ ਹੋ ਜੀ, ਕਿੱਥੋਂ ਬੋਲਦੇ ਪਏ ਹੋ? ਅਸੀਂ ਜੀ ਬੋਲਦੇ ਹੈਗੇ ਆ ਲਿਸਟਰ ਤੋਂ। ਲੈਸਟਰ ਵਾਲਿਓ ਕੀ ਹਾਲ ਚਾਲ, ਠੀਕ ਹੋ? ਬਹੁਤ ਹੀ ਸੋਹਣਾ ਜੀ, ਬਹੁਤ ਹੀ ਸੋਹਣਾ। ਤੇ ਜੀ ਬੜਾ ਚਾਅ ਹੁੰਦਾ ਏਦਾਂ ਦੇ ਪ੍ਰੋਗਰਾਮ ਸੁਣ ਕੇ ਕਿਉਂਕਿ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਰਾ ਕੁਛ ਸਾਂਝਾ ਕੀਤਾ ਜਾਂਦਾ ਜੋ ਸਾਡੀ ਪੰਜਾਬੀ ਦੇ ਵਿੱਚ ਹੈਗਾ। ਤੇ ਏਦਾਂ ਵੀ ਸਾਡੇ ਧਾਮੀ ਸਾਹਿਬ ਹੁਣੀ ਬੈਠੇ ਆ, ਇਹਨਾਂ ਨੂੰ ਤਕਰੀਬਨ 20 ਸਾਲ ਹੋ ਗਏ ਹੋਣੇ ਕਿਸੇ ਪ੍ਰੋਗਰਾਮ ਤੇ ਦੇਖਿਆ ਸੀਗਾ। ਤੇ ਅੱਜ ਇਹਨਾਂ ਨੂੰ ਦੇਖਿਆ ਤੇ ਬੜਾ ਮਨ ਨੂੰ ਚਾਅ ਹੋਇਆ। ਸਾਡੇ ਬੜੇ ਪੁਰਾਣੇ ਬੰਦੇ ਆ ਜੀ। ਅਵਿੰਦਰ ਜੀ ਸਤਿ ਸ੍ਰੀ ਅਕਾਲ, ਬਹੁਤ ਬੜੀ ਕੰਟਰੀਬਿਊਸ਼ਨ ਹੈ ਜੀ ਇਹਨਾਂ ਦੀ। ਤੇ ਅਸੀਂ ਇੱਕ ਗੱਲ ਜ਼ਰੂਰ ਹੈਗੀ ਆ ਜੀ ਭਈ ਸਾਰੇ ਜਿਹੜੇ ਸਿੰਗਰ ਆ ਇੰਨਾ ਸੋਹਣਾ ਗਾਉਂਦੇ ਆ, ਇੰਨਾ ਸੋਹਣਾ ਭਈ ਸਾਡੀ ਜਿੱਦਾਂ ਮਾਂ ਪੰਜਾਬੀ ਬੋਲੀ ਦੀ ਸੇਵਾ ਇੰਨੀ ਕਰ ਰਹੇ ਆ, ਅਸੀਂ ਫੁੱਲੇ ਨੀ ਸਮਾਜਦਾ ਕਈ ਵਾਰੀ। ਤੇ ਬਾਕੀ ਮੈਂ ਕਾਲਾਂ ਸਾਰੀਆਂ ਸੁਣ ਰਿਹਾ ਸੀ ਭਈ ਹੁਣ ਜਿਹੜੇ ਸਾਡੇ ਬੱਚੇ ਆ ਤੋਤਲੀ ਪੰਜਾਬੀ ਬੋਲਦੇ ਆ ਜੀ, ਤੇ ਉਹਦੇ ਵਿੱਚ ਬੋਲਦੇ ਤਾਂ ਪੰਜਾਬੀ ਆ ਭਾਵੇਂ ਤੋਤਲੀ ਬੋਲਦੇ, ਸਾਨੂੰ ਚਲੋ ਕੋਸ਼ਿਸ਼ ਤਾਂ ਕਰਦੇ ਆ ਨਾ। ਹਾਂਜੀ ਕੋਸ਼ਿਸ਼ ਕਰਦੇ ਆ ਔਰ ਗਾਣੇ ਸੁਣਦੇ ਆ, ਪੰਜਾਬੀ ਵੱਲ ਰੁਚਿਤ ਹੁੰਦੇ ਆ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਕਿਉਂ ਜੀ? ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਸੁਰਿੰਦਰ ਜੀ ਨਹੀਂ ਹੈਗੇ, ਮਿਸਟਰ ਆਲੂਵਾਲੀਆ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਕੀ ਹਾਲ ਹੈ ਜੀ? ਠੀਕ ਹੈ, ਕਿੱਥੋਂ ਬੋਲਦੇ ਹੋ? ਮੈਂ ਥੋੜੀ ਦੇਰ ਪਹਿਲੇ ਗੱਲ ਕੀਤੀ ਸੀ ਜਦੋਂ ਆਲੂਵਾਲ ਜੀ ਹੈਗੇ ਸੀ, ਮੈਂ ਸਿਰ ਪਲਵਿੰਦਰ ਜੀ ਦੇ ਨਾਲ ਗੱਲ ਕਰਨੀ ਸੀ, ਦੁਬਾਰਾ ਮੈਂ ਫੋਨ ਕੀਤਾ ਹੈਗਾ। ਹਾਂਜੀ ਹਾਂਜੀ, ਧਾਮੀ ਸਾਹਿਬ ਆਲੂਵਾਲੀਆ ਬੋਲ ਰਿਹਾ ਗਾ, ਮੈਨੂੰ ਪਾਕ ਤੋਂ। ਹੈਲੋ ਆਲੂਵਾਲੀਆ ਸਾਹਿਬ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਪਹਿਚਾਣ ਲਿਆ? ਹਾਂਜੀ ਹਾਂਜੀ ਹਾਂਜੀ। ਹੋਰ ਮਾਸਟਰ ਜੀ ਦਾ ਕੀ ਹਾਲ ਚਾਲ? ਕਿਰਪਾ ਜੀ ਮਿਹਰਬਾਨੀ, ਬਹੁਤ ਵਧੀਆ ਨੇ, ਠੀਕ ਹੈ। ਅੱਜ ਤੁਹਾਨੂੰ ਦੇਖ ਕੇ ਫਿਰ ਟੈਲੀ ਤੇ ਬਹੁਤ ਖੁਸ਼ੀ ਹੋਈ ਤੇ ਜੀ ਗਾਣੇ ਤੇ ਤੁਸੀਂ ਤੇ ਬਹੁਤ ਹੀ ਚੰਗੇ ਗਾਣੇ ਗਾਏ ਨੇ, ਤੇ ਤੁਸੀਂ ਤੇ ਇੱਕ ਵਾਰ ਮੈਨੂੰ ਭੇਟ ਵੀ ਸੁਣਾਈ ਸੀ, ਤੁਹਾਨੂੰ ਯਾਦ ਹੈਗਾ ਪੰਜਾਬੀ ਰੇਡੀਓ। ਵਾਕਈ ਜਿਹੜੇ ਸਾਡੇ ਜਿਹੜੇ ਤੁਹਾਡੇ ਤੋਂ ਹੁਣ ਪਹਿਲੇ ਕਾਲਰ ਹੈਗੇ ਸੀ, ਹੁਣ ਮੇਰੀ ਵੀ ਉਮਰ ਨੀਅਰਲੀ 60 ਈਅਰਸ ਹੋ ਰਹੀ ਹੈ, ਉਹ ਕਹਿੰਦੇ ਨੇ ਜਦੋਂ ਗਾਣੇ ਲੱਗਦੇ ਨੇ ਪੰਜਾਬੀ ਤੇ ਬੰਦਾ ਆਪਣੇ ਆਪ 15-20 ਸਾਲ ਜਵਾਨ ਹੋ ਜਾਂਦਾ ਹੈ। ਪੰਜਾਬੀ ਬੀਟੀ ਐਸੀ ਹੈ ਜੀ, ਆ ਕੇ ਬੰਦਾ ਆਪਣੇ ਆਪ ਹੀ ਉੱਠ ਕੇ ਨੱਚਣ ਪੈਂਦਾ, ਬੁੱਢਾ ਵੀ ਜਵਾਨ ਹੋ ਜਾਂਦਾ। ਫੈਕਟ ਹੈਗਾ ਪੰਜਾਬੀ ਨੇ ਤੇ ਮਤਲਬ ਗਾਣਿਆਂ ਨੇ ਤੇ ਵੈਸੇ ਧੂਮ ਬਹੁਤ ਮਚਾਈ ਹੈਗੀ। ਤੁਸੀਂ ਦੇਖੋ ਅੱਜ ਕੱਲ ਸਕੂਲ ਦੇ ਵਿੱਚ ਜਿਹੜੇ ਹੈਗੇ ਨੇ ਉਹ ਗਾਣੇ ਬੱਚੇ ਕਾਲੇ ਤੇ ਗੋਰੇ, ਉਹ ਜਿਹੜੇ ਆਪਣੇ ਕੀ ਹੈਗਾ ਕਭੀ ਖੁਸ਼ੀ ਕਭੀ ਗਮ ਦਾ ਗਾਣਾ ਹੈਗਾ ਗਾ ਕੇ ਆ ਕੇ ਗਾਉਂਦੇ ਨੇ, ਤੇ ਮੈਂ ਦੇਖਦਾ ਹੈਗਾ ਕਾਲੇ ਕਿਸ ਤਰ੍ਹਾਂ ਗਾਣੇ ਗਾ ਰਹੇ ਹੈਗੇ ਨੇ ਬੱਚੇ ਨਿੱਕੇ ਨਿੱਕੇ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ ਆਲੂਵਾਲੀਆ ਸਾਹਿਬ। ਸੁਖਦੇਵ ਸਿੰਘ ਜੀ ਸਤਿ ਸ੍ਰੀ ਅਕਾਲ। ਹੈਲੋ ਜੀ, ਸਤਿ ਸ੍ਰੀ ਅਕਾਲ, ਠੀਕ ਹੋ? ਹਾਂਜੀ 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 ਹਾਂਜੀ, ਦੱਸੋ। ਅਸੀਂ ਮੈਂ ਪਹਿਲਾਂ ਨਾ ਐਨਟੀਵੀ ਦੇਖਦਾ ਸੀ, ਉੱਥੇ ਵੈਲੈਂਟਾਈਨ ਦਾ ਟੌਪਿਕ ਆ ਰਿਹਾ ਸੀ, ਬਸ ਤੁਹਾਡਾ ਲਾਇਆ। ਬਾਅਦ ਵਿੱਚ ਜਿਹੜੀਆਂ ਤੁਹਾਨੂੰ ਕਾਲਾਂ ਆਉਂਦੀਆਂ ਨਾ, ਉਹ ਸੀਗੇ ਜਿਹੜੇ ਬੰਦੇ ਇੰਡੀਆ ਤੋਂ ਆਏ 1962 ਚ, ਉਹ ਬੜੇ ਬੜੀ ਜਿਹੜੇ ਰਹਿ ਗਏ ਨਾ 10 ਲੱਖ ਡਰੈਸ। ਹੁਣ ਧਾਮੀ ਸਾਹਿਬ ਆ, ਇੰਨੇ ਸਖ਼ਤ ਸ਼ਬਦ ਨਾ ਕਹੋ। ਨਹੀਂ ਧਾਮੀ ਸਾਹਿਬ ਇਸ ਕਾਂਗੜੇ ਟ੍ਰੈਂਡ ਚੇਂਜ ਕਰ ਲਿਆ। ਕੀ ਬਾਤ ਹੈ ਜੀ, ਮੋੜ ਕਿਉਂ? ਨਿਆਣਾ ਤੁਹਾਨੂੰ ਰਹਿਣਾ ਪੈਣਾ ਜੀ ਜੀ, ਨਿਆਣੇ ਨਹੀਂ ਲੈ ਕਰਦੇ ਉਹ ਕਿ ਮਾਮ ਡੈਡ ਦਾ ਜੋ ਕੁਛ ਕਹਿਣ ਜੀ ਜੀ। ਤੁਸੀਂ ਆਪਣਾ ਮਿਊਜ਼ਿਕ ਚੇਂਜ ਕਰ ਲਿਆ ਜੀ ਜੀ, ਇਸ ਕੰਗਣੀ ਚੇਂਜ ਕਰ ਲਿਆ, ਚੰਨੀ ਚੇਂਜ ਕਰ ਲਿਆ ਜੀ, ਯੂ ਆਰ ਰਾਈਟ। ਬਿਲਕੁਲ ਵੀਰ ਜੀ, ਕਿਉਂਕਿ ਆਪਾਂ ਹੁਣ ਇਹੋ ਜਿਹੇ ਦੇਸ਼ ਦੇ ਵਿੱਚ ਆ ਕਿ ਸਾਨੂੰ ਵੀ ਹੈਵ ਟੂ ਮੂਵ ਵਿਦ ਦ ਟ੍ਰੈਂਡ। ਹੁਣ ਸਾਥੀ ਹੋਣੀ ਨਾ, ਮੈਨੂੰ ਏਦਾਂ ਲੱਗੇ ਚਮਨ ਨਾਲ ਬੈਠੇ ਜੀ, ਸਾਥੀ ਨੂੰ ਬੁਲਾਇਆ ਇੱਕ ਮਿੰਟ। ਹੈਲੋ ਜੀ, ਹਾਂ ਮੈਂ ਤੁਹਾਡੇ ਕੋਲ ਜਾਂਦਾ ਸੀ, ਸਾਥੀ ਸਾਹਿਬ ਨਾਲ ਹੀ ਆ। ਇਹ ਇਦਾਂ ਲੱਗਦੇ ਸੀ ਮੇਸ਼ ਕਾਲ ਤੇ ਉਹ ਚੀਜ਼ ਸ਼ਾਇਦ। ਅੱਛਾ ਸਾਥੀ ਜੀ, ਹਾਂਜੀ ਮੇਸ਼ ਕਾਲ ਸਲੀਮ ਸ਼ਾਇਦ। ਸਾਥੀ ਜੀ ਬਦਲੋ ਜਮਾਨੇ ਨਾਲ, ਯੂ ਚੇਂਜ ਆਈ ਲਿਸਨ ਟੂ ਯੂਰ ਰੇਡੀਓ ਐਵਰੀ ਡੇ। ਥੈਂਕ ਯੂ ਵੈਰੀ ਮਚ। ਨਹੀਂ ਸਾਥੀ, ਤੁਸੀਂ ਚੇਂਜ ਹੋ ਗਏ, ਹਾਂ ਇਹ ਚੇਂਜ ਹੋਣਾ ਪੈਣਾ। ਬਿਲਕੁਲ ਬਿਲਕੁਲ ਜੀ, ਧਾਮੀ ਸਾਹਿਬ ਚੇਂਜ ਹੋਏ। ਓਕੇ ਜੀ, ਤਾਂ ਇੰਡੀਆ
ओके जी सॉरी वी हैव रन आउट ऑफ टाइम एक्चुअली साडे कोल बस 1 मिनट रहंदा जी 1 मिनट दे विच जे मैं क्विकली गल कर लवां बहुत देर दे इंतजार करदे सलीम भट्ट साहब सलीम भट्ट साहब अस्सलाम वालेकुम वालेकुम सलाम जी साथी जी की हाल है शुक्र है जी तुसी सुनाओ पहचान लिया जी हां जी हां जी हां जी हां जी ओ जर्मनी वाले आओ ओ माय गॉड की हाल चाल तुहाडा मैं नंबर रब दा शुक्र है नंबर लहादा उथे अच्छा जी ओ नंबर ले लेना तो जो दिल करे तो मैं फोन करना फिर तन्ने मुलाकात करनी है मैं दो चार दिन इथे गा बस मैं ओके जी सलीम भट्ट जी थैंक यू वेरी मच चमन लाल नु देख के तन देख के बड़ा दिल खुश होया पुरानी ज्यादा ताजियां हो गई नवाजिश नवाजिश ओके जी थैंक यू बाय बाय थैंक यू वेरी मच और वैसे आज दा जेड़ा प्रोग्राम है थोड़ा जे वैसे टाइम थोड़ा होर ज्यादा टाइम होर चाहिदा सी ओ टाइम मैं देखेगा ਤੁਸੀਂ ਵੀ ਰੇਡੀਓ ਤੇ ਕੰਮ ਕਰਦੇ ਹੋ ਰੇਡੀਓ ਟੈਲੀਵਿਜ਼ਨ ਤੇ ਟਾਈਮ ਇੰਨੇ ਤੇਜ਼ ਦੌੜ ਰਿਹਾ ਹੁੰਦਾ ਕਿ ਤੁਸੀਂ 3 ਘੰਟੇ ਬੈਠੇ ਰਹੋ ਨਾ ਫਿਰ ਵੀ ਲੱਗਦਾ ਯਾਰ ਐਡੀ ਜਿੱਤੀ ਖਤਮ ਹੋ ਗਿਆ ਐਨੀਵੇ ਮੇਰੇ ਖਿਆਲ ਇੱਕ ਕਾਲ ਸ਼ਾਇਦ ਹੋਰ ਲੈ ਸਕਦੇ ਆ ਓਕੇ ਲਾਈਨ ਨੰਬਰ 2 ਤੇ ਬਾਬਾ ਬਖਤੌਰਾ ਜੀ ਹੈਲੋ ਜੀ ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਬਾਬਾ ਬਖਤੌਰਾ ਬਖਤੌਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਠੀਕ ਹੈ ਵੀਰ ਜੀ ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਵਾਹ ਜੀ ਅੱਛਾ ਅੱਧਾ ਕੁ ਮਿੰਟ ਆਪਣੇ ਕੋ ਕਰੋ ਗੱਲ ਜੀ ਹਾਂ ਜੀ ਅੱਧਾ ਕੁ ਮਿੰਟ ਹਾਂ ਜੀ ਆਪਣੇ ਇੱਕ ਗੱਲ ਮੈਂ ਕਹਿਣੀ ਚਾਹਣਾ ਜੀ ਜ਼ਰੂਰ ਆਪਣੇ ਗੁਰਦਾਸ ਮਾਨ ਸਾਹਿਬ ਹੁਣੀ ਕੁਲਦੀਪ ਮਾਨ ਖੁਣੀ ਅਸੀਂ ਵੀ ਪੁਰਾਣੀਆਂ ਕਲੀਆਂ ਗਾਉਂਦੇ ਰਹੇ ਹਾਂ ਤੇ 8 ਸਾਲ ਮੈਂ ਤੇ ਮਾਨਕ ਨੇ ਇਕੱਠਾ ਪੰਜਾਬ ਦੇ ਵਿੱਚ ਕਲੀਆਂ ਗਾਈਆਂ ਜੀ 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 ਤੇ ਇੱਕ ਗੱਲੋਂ ਜ਼ਰੂਰ ਥੋੜਾ ਜਿਹਾ ਤਲਿੰਗ ਲੱਗਦਾ ਵੀ ਜਦੋਂ ਅਸੀਂ ਕਹਿੰਦੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਤਾਂ ਪੈਸੇ ਮੁਕਾ ਕੇ ਜਾਈਦੇ ਆ ਐਕਚੁਅਲੀ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਕਰ ਰਹੇ ਪੰਜਾਬੀ ਮਾਂ ਬੋਲੀ ਸਾਡੀ ਸੇਵਾ ਕਰ ਰਹੀ ਆ ਅਸੀਂ ਐਨੀਵੇ ਬਾਬਾ ਬਖਤੌਰਾ ਜੀ ਬਿਲਕੁਲ ਟਾਈਮ ਹੁਣ ਖਤਮ ਹੋ ਗਿਆ ਆਮ ਵੈਰੀ ਸੌਰੀ ਕੋਈ ਨਾ ਫੇਰ ਸਹੀ ਕੋਈ ਗੱਲ ਨਹੀਂ ਥੈਂਕ ਯੂ ਵੈਰੀ ਮਚ ਇੰਡੀਡ ਔਰ ਪ੍ਰਵਿੰਦਰ ਅਸੀਂ ਆਪਣੀ ਮਾਂ ਬੋਲੀ ਨੂੰ ਵੇਚ ਰਹੇ ਆ ਨਹੀਂ ਥੈਂਕ ਯੂ ਵੈਰੀ ਮਚ ਓਕੇ ਥੈਂਕ ਯੂ ਵੈਰੀ ਮਚ ਓਕੇ ਪਲਵਿੰਦਰ ਜੀ ਲੈਟ ਮੀ ਥੈਂਕ ਯੂ ਐਕਚੁਅਲੀ ਕਿ ਮੈਂ ਐਵੇਂ ਪਰਸੋਂ ਚੌਥੇ ਤੁਹਾਨੂੰ ਕਿਹਾ ਮੈਂ ਕਿਹਾ ਆ ਜਾਓ ਜੀ ਗੱਲਾਂ ਪਤਾ ਕਰੀਏ ਤੁਸੀਂ ਤੁਹਾਡੀ ਇੰਨੀ ਮਸਰੂਫੀਅਤ ਹੁੰਦੀ ਹੈ ਖਾਸ ਕਰਕੇ ਸੈਟਰਡੇ ਸੰਡੇ ਜਿਵੇਂ ਤੁਸੀਂ ਕਿਹਾ ਕਿ ਕਿਤੇ ਨਾ ਕਿਤੇ ਕੋਈ ਪ੍ਰੋਗਰਾਮ ਹੁੰਦਾ ਫਿਰ ਵੀ ਤੁਸੀਂ ਆਏ ਔਰ ਸਾਡਾ ਜਿਹੜਾ ਸਨਰਾਈਜ਼ ਟੈਲੀਵਿਜ਼ਨ ਹੈ ਜੀ ਜੀ ਇਹ ਥੋੜੀ ਇਨਫੈਂਸੀ ਚ ਹੈ ਹਜੇ ਮਤਲਬ ਸਾਲ ਤਾਂ ਹੋ ਗਿਆ ਵੈਸੇ ਚਲ ਸਾਹਿਬ ਮੈਂ ਮੇਰੇ ਕੋਲ ਲਫ਼ਜ਼ ਨਹੀਂ ਜਿਹਨਾਂ ਲਫ਼ਜ਼ਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਕਿ ਤੁਸੀਂ ਪਿਆਰੇ ਦਰਸ਼ਕਾਂ ਦੇ ਰੂਬਰੂ ਕੀਤਾ ਮੈਂ ਨਾਲ ਜਿਹੜਾ ਖਿਮਾ ਦਾ ਜੱਜ ਕਿਵੇਂ ਜੇਕਰ ਮੈਂ ਕਿਸੇ ਦੀ ਸ਼ਾਨ ਦੇ ਵਿੱਚ ਕੁਝ ਕਹਿ ਗਿਆ ਹੋਵਾਂ ਸੋ ਮੈਂ ਹਮੇਸ਼ਾ ਹੀ ਆਪਣੇ ਸਰੋਤਿਆਂ ਦਰਸ਼ਕਾਂ ਦਾ ਰਹਿਣੀ ਰਹੂੰਗਾ ਕਿ ਜਿਨ੍ਹਾਂ ਨੇ ਇੰਨਾ ਮਾੜਾ ਮੁਹੀ ਪਿਆਰ ਦਿੱਤਾ ਔਰ ਸਾਡੇ ਗੀਤ ਹਮੇਸ਼ਾ ਦਿੰਦੇ ਰਹਿਣਗੇ ਔਰ ਪਿਆਰ ਕਰਨ ਵਾਲੇ ਬਹੁਤ ਨੇ ਥੈਂਕ ਯੂ ਵੈਰੀ ਮਚ ਔਰ ਦੋਸਤੋ ਜ਼ਾਹਰ ਹੈ ਕਿ ਕੋਈ ਨਾ ਕੋਈ ਕਮਜ਼ੋਰੀ ਪ੍ਰੋਗਰਾਮਾਂ 'ਚ ਵੀ ਰਹਿ ਜਾਂਦੀ ਹੈ ਕਿਉਂਕਿ ਐਟ ਦਾ ਐਂਡ ਆਫ ਦਾ ਡੇ ਹਿਊਮਨ ਬੀਇੰਗ ਹੀ ਆ ਔਰ ਰੇਡੀਓ ਔਰ ਟੈਲੀਵਿਜ਼ਨ ਦਾ ਫਰਕ ਹੀ ਇਹ ਹੁੰਦਾ ਹੈਗਾ ਕਿ ਤੁਸੀਂ ਕੈਮਰੇ ਦੇ ਸਾਹਮਣੇ ਹੋ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਔਰ ਦੋਸਤੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਟੈਲੀਵਿਜ਼ਨ ਦੇਖਿਆ ਚੈਨਲ 830 ਜਿਹੜਾ ਸਨਰਾਈਜ਼ ਟੈਲੀਵਿਜ਼ਨ ਆ ਔਰ ਇਹ ਪ੍ਰੋਗਰਾਮ 6 to 8 ਵਜੇ ਤੀਕ ਹੁੰਦਾ ਔਰ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੈਨੂੰ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਣਾ ਔਰ ਮੈਂ ਹੁੰਦਾ ਵਾਂ ਦੋਸਤੋ ਕਿਸਮਤ ਰੇਡੀਓ ਦੇ ਉੱਤੇ ਫਰੋਮ ਮੰਡੇ ਟੂ ਫਰਾਈਡੇ ਅਗਰ ਤੁਸੀਂ ਡਿਬੇਟ 'ਚ ਹਿੱਸਾ ਲੈਣਾ ਚਾਹੁੰਦੇ ਹੋ ਕਰੰਟ ਟੌਪਿਕ ਜਿਹੜੇ ਹੁੰਦੇ ਨੇ ਦੈਨ ਯੂ ਆਰ ਵੈਲਕਮ ਔਨ ਦੈਟ ਰੇਡੀਓ ਐਜ਼ ਵੈਲ ਔਰ ਦੋਸਤੋ ਥੈਂਕ ਯੂ ਵੈਰੀ ਮਚ ਫੋਰ ਵਾਚਿੰਗ ਐਂਡ ਆਈ ਵਿਲ ਬੀ ਹੇਅਰ ਨੈਕਸਟ ਵੀਕ ਔਨ ਸੰਡੇ ਫਰੋਮ 6 to 8 ਡਿਫਰੈਂਟ ਮਹਿਮਾਨ ਹੋਣਗੇ ਡਿਫਰੈਂਟ ਟੌਪਿਕ ਹੋਏਗਾ ਆਲ ਵੀ ਵੇਟਿੰਗ ਫੋਰ ਯੂ